ਨਮਸਕਾਰ ਖਬਰਾਂ ਦੇਸ਼ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਰਜਨੀ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਦਿੱਲੀ ਵਿੱਚ ਵਿਗਿਆਨ ਜਨਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਤੇ ਸੰਗਠਨਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ ਉਪ ਰਾਸ਼ਟਰਪਤੀ ਜਗਦੀਪ ਤਨਖੜਵਾਲ ਨੂੰ ਪਿਸ਼ਵਾਸੀਆਂ ਨੂੰ ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣ ਦੀ ਅਪੀਲ ਕੋਲਾ ਮੰਤ੍ਰਾਲੇ ਅਨੁਸਾਰ ਦੇਸ਼ ਵਿੱਚ ਇੱਕ ਸਾਲ ਨਵੰਬਰ ਤੱਕ ਕੋਲੇ ਦੇ ਉਤਪਾਦਨ ਵਿੱਚ 17.13% ਦਾ ਵਾਧਾ ਬੀਐਸਐਫ ਵੱਲੋਂ ਫਾਜ਼ਿਲਕਾ ਸੈਕਟਰ ਵਿੱਚ ਪਾਕਿਸਤਾਨ ਵਾਲੇ ਪਾਸੋਂ ਆਏ ਡਰੋਨ ਬਲੂਨ ਸੁੱਟੀ ਗਈ ਤਕਰੀਬਨ 7.7 ਕਿਲੋ ਲੋਹੇ ਰੋਇਨ ਅਤੇ ਗੁਲੀ ਸਿਕਾ ਬ੍ਰਾਂਦਕ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਿਵਿਆਂਗ ਚਨਾ ਦੀ ਸਸ਼ਕਤੀਕਰਨ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਤੇ ਸੰਗਠਨਾਂ ਨੂੰ ਅੱਜ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ ਸਮਾਜਿਕ ਨ્યાਅ ਤੇ ਅਧਿਕਾਰਤਾ ਮੰਤਰਾਲੇ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਰਾਸ਼ਟਰਪਤੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਰਕਤ ਕਰਨਗੇ ਜਦਕਿ ਵਿਪາກ ਦੇ ਮੰਤਰੀ ਡਾਕਟਰ ਵਿਰੇਂਦਰ ਕੁਮਾਰ ਸਮਾਗਮ ਦੀ ਪ੍ਰਧਾਨਗੀ ਕਰਨਗੇ ਸਾਲ 2021 ਅਤੇ 22 ਲਈ ਪ੍ਰਦਾਨ ਕੀਤੇ ਜਾਣ ਵਾਲੇ ਇੱਕ ਪੁਰਸਕਾਰ ਸਰਵੋਤਮ ਦਿਵਿਆਂਗ ਚਨ ਉੱਤਮ ਦਿਵਿਆਂਗ ਚਨ ਅਤੇ ਉਤਮ ਦਿਵਿਆਂਗ ਬਾਲਕ ਜਾਵਾਲਿਕਾ ਦੇ ਵਰਗ ਵਿੱਚ ਪ੍ਰધાન ਕੀਤੇ ਜਾ ਰਹੇ ਨੇ ਉਪਰਾਸ਼ਟਪਤੀ ਜਗਦੀਪ ਤਨਖੜਨੀ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਹਿਤਾ ਨੂੰ ਸਭ ਤੋਂ ਉੱਪਰ ਰੱਖਣ ਅਤੇ ਦੇਸ਼ ਦੇ ਵਿਕਾਸ ਅਤੇ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਪਾਉਣ ਨਵੀਂ ਦਿੱਲੀ ਵਿਚ ਇੱਕ ਸਮਾਗਮ ਦੌਰਾਨ ਡਾਕਟਰ ਐਲ ਐਮ ਸਿੰਘਵੀ ਮੈਮੋਰੀਅਲ ਲੈਕਚਰ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਇਹ ਦਰਸਾਇਆ ਗਿਆ ਹੈ ਕਿ ਸ਼ਕਤੀ ਲੋਕਾਂ ਵਿੱਚ ਉਨ੍ਹਾਂ ਦੇ ਫਤਵੇ ਵਿੱਚ ਅਤੇ ਉਨ੍ਹਾਂ ਦੀ ਬੁੱਧੀ ਵਿੱਚ ਵਸਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਸਦ ਲੋਕਾਂ ਦੇ ਮਨਾਂ ਨੂੰ ਦਰਸਾਉਂਦੀ ਹੈ। ਉਪਰਾਸ਼ਟਪਤੀ ਨੇ ਕਿਹਾ ਕਿ ਦੇਸ਼ ਨੂੰ ਆਪਣੀ ਨਿਆਪਾਲਿਕਾ ਤੇ ਮਾਣ ਹੈ ਕਿਉਂਕਿ ਉਸਨੇ ਲੋਕਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਹੈ ਕਿ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਨਾਲ ਭਾਰਤੀ ਨਿਆਪਾਲਿਕਾ ਸ਼ਾਸਨੀਆਂ ਮਹੱਤਵਪੂਰਨ ਸੰਸਥਾਵਾਂ ਵਿੱਚ ਹੋਈ ਕਿ ਅਤਿ ਸ਼ਕਤੀਆਂ ਦੀ ਵੰਡ ਦਾ ਸਿਧਾਂਤ ਸਾਡੇ ਸ਼ਾਸਨ ਦਾ ਬੁਨਿਆਦੀ ਆਧਾਰ ਹੈ ਉਹਨਾਂ ਕਹਿੰਿਆ ਕਿ ਲੋਕਤੰਤਰ ਦੇ ਵਿਕਾਸ ਲਈ ਇਹਨਾਂ ਸੰਸਥਾਵਾਂ ਦਾ ਇੱਕ ਸੁਰਤਾ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ ਏ ਕਾਈਂਡ ਆਫ ਰਿਸਪੈਕਟ ਇੰਡੀਆ ਹੈਜ਼ ਵੀ ਆਰ ਐਜ਼ ਅ ਨੇਸ਼ਨ ਓਨ ਦੀ ਰਾਈਜ਼ ਐਸ ਨਵਰ ਬਿਫੋਰ ਐਂਡ ਆਰ ਰਾਈਜ਼ਿੰਗ ਇਜ਼ ਅਨ ਸਟਾਪੇਬਲ ਨੋ ਵਨ ਇਨ ਦੀ ਵਰਲਡ ਡਿਸਕਾਉਂਟਸ ਇਟ except some of us to give real meaning to the sublimity of our elected verdict we all will have to rise to a level where partisan prism should not be there when the interest of the nation is at heart ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਭਾਰਤ ਦੀ G20 ਪ੍ਰਧਾਨਗੀ ਦੌਰਾਨ ਆਪਣੇ دوست ਅਤੇ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਹਿਯੋਗ ਕਰਨ ਲਈ ਉਤਸੁਕ ਨੇ ਇੱਕ ਟਵੀਟ ਦੇ ਵਿੱਚ ਭਾਰਤ ਨੂੰ ਅਮਰੀਕਾ ਦਾ ਇੱਕ ਮਜ਼ਬੂਤ ਭਾਗੀਦਾਰ ਦੱਸਦਿਆਂ ਬਾਈਡਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਚਲਵਾਇਓ ਊਰਜਾ ਅਤੇ ਖੁਰਾਕ ਤੇ ਸੰਕਟ ਵਰਗੀਆਂ ਚੁਣੌਤੀਆਂ ਨਾਲ ਨਜਿੱਠਦੇ ਹੋਏ ਸਮਾਜ ਵਿਸ਼ੇ ਵਿਕਾਸ ਨੂੰ ਅੱਗੇ ਵਧਾਉਣਗੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾਕਟਰ ਵੀਰੇਂਦਰ ਕੁਮਾਰ ਨੇ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਦਿਵਿਆਂਗ ਜਨਾਂ ਦਾ ਯੋਗਦਾਨ ਬਧੇਰੇ ਮਹੱਤਵਪੂਰਨ ਹੈ ਦਿੱਲੀ ਵਿੱਚ ਇੰਡੀਆ ਗੇਟ ਤੇ ਦਿਵਯਾ ਕਲਾ ਮੇਲੇ 2022 ਦਾ ਉਦਘਾਟਨ ਕਰਨ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਦਿਵਿਆਂਗ ਜਨਾਂ ਨੂੰ ਉਦਮਤਾ ਲਈ ਪ੍ਰੇਰਿਤ ਕਰਦੇ ਨੇ ਉਨ੍ਹਾਂ ਕਿਹਾ ਕਿ ਦੇਸ਼ ਦੇ ਘੱਟੋ ਘੱਟ 10 ਸੂਬਿਆਂ ਵਿੱਚ ਦਿਵਯਾ ਕਲਾ ਮੇਲੇ ਆਯੋਜਿਤ ਕੀਤੇ ਜਾਣਗੇ ਇਸ ਮੌਕੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਪ੍ਰਤੀਮਾ ਪੌਮਿਕ ਵੀ ਮਜੋਦਸਨ 7 ਦਸੰਬਰ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ 100 ਤੋਂ ਵੱਧ ਦਿਵਿਆਂਗ ਉਦਮੀ ਹਿੱਸਾ ਲੈ ਰਹੇ ਨੇ ਇਸ ਮੇਲੇ ਦਾ ਉਦੇਸ਼ ਦਿਵਿਆਂਗ ਚਨਾ ਦੀ ਉਦਮਤਾ ਦਸਤਕਾਰੀ ਅਤੇ ਉਹਨਾਂ ਦੇ ਉਤਪਾਦਾਂ ਨੂੰ ਹੁਲਾਰਾ ਦੇਣਾ ਹੈ ਭਾਰਤੀ ਰੇਲਵੇ ਨੂੰ ਰੇਲ ਯਾਤਰਾ ਦੇ ਖੇਤਰ ਵਿੱਚ ਇਸ ਸਾਲ 76% ਤੋਂ ਵੱਧ ਦੀ ਆਮਦਨ ਹੋਈ ਹੈ ਰੇਲਵੇ ਦੀ ਕੁਲਾਰਣੀ ਨਵੀਂ ਦਿੱਲੀ ਵਿੱਚ ਦੱਸਿਆ ਹੈ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ ਦੇ ਸਮੇਂ ਦੌਰਾਨ ਭਾਰਤੀ ਰੇਲਵੇ ਨੂੰ ਰੇਲ ਯਾਤਰਾ ਤੋਂ 76% ਵੱਧ ਮਾਲੀਆ ਹਾਸਲ ਹੋਇਆ ਹੈ ਇਨਾ ਮਹੀਨਿਆਂ ਦੌਰਾਨ ਰੇਲਵੇ ਨੂੰ 43000 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਈ ਹੈ ਜਦਕਿ ਪਿਛਲੇ ਸਾਲ ਇਸੇ ਅਰਸੇ ਵਿੱਚ 24621 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ ਸੀ ਬੁਲਾਰੇ ਨੇ ਦੱਸਿਆ ਕਿ ਰਿਜ਼ਰਵ ਯਾਤਰੀ ਵਰਗ ਖੇਤਰ ਵਿੱਚ ਪਿਛਲੇ 8 ਮਹੀਨਿਆਂ ਦੌਰਾਨ ਰੇਲਵੇ ਨੂੰ 34303 ਕਰੋੜ ਰੁਪਏ ਦੀ ਆਮਦਨ ਹੋਈ ਜੋ ਪਿਛਲੇ ਸਾਲ ਇਸੇ ਅਰਸੇ ਦੇ ਮੁਕਾਬਲੇ 50% ਵਾਧਾ ਹੈ ਬੁਲਾਰੇ ਨੇ ਦੱਸਿਆ ਹੈ ਕਿ ਅਨਰਾਖਵੀ ਯਾਤਰੀ ਖੇਤਰ ਵਿੱਚ ਰੇਲਵੇ ਦੀ ਆਮਦਨ ਵਿੱਚ 422% ਦਾ ਵਾਧਾ ਹੋਇਆ ਹੈ ਅਤੇ ਇਸ ਸਾਲ ਅਪ੍ਰੈਲ ਤੋਂ ਨਵੰਬਰ ਦੌਰਾਨ ਰੇਲਵੇ ਨੇ 9000 करोड़ रुपए तो वादा मालिया हासिल किया है कोला मंत्रालय ने कहा कि इस साल अप्रैल तो नवंबर तक कोले का रिकॉर्ड उत्पादन हुए है मंत्रालय के ने नवी दिल्ली में दसिया कि इस अरसे दौरान कोला उत्पादन सतारा शारिया तेरह फीसद वे पांच सौ चौबीस शारिया मिलियन टन हो गया है जो पिछले साल ਏਸੀ ਸਮਿਦ੍ਰਾਂ 447.54 ਮਿਲੀਅਨ ਟਨ ਸੀ ਗੁਲਾਰੇ ਨੇ ਦੱਸਿਆ ਕਿ ਕੋਲੇ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਮੰਤਰਾਲੇ ਨੇ ਵਪਾਰਕ ਨਿਲਾਮੀ ਲਈ 441 ਨਵੀਂ ਕੋਲਾ ਬਲਾਕ ਰੱਖੇ ਨੇ ਗੁਲਾਰੇ ਨੇ ਦੱਸਿਆ ਕਿ ਮੰਤralਾ ਪਰਨਾਨ ਮੰਤਰੀ ਗਤੀਸ਼ਕਤੀ ਯੋਜਨਾ ਅਧੀਨ ਸਾਰੀਆਂ ਹੀ ਪ੍ਰਮੁੱਖ ਖਾਨਾਂ ਲਈ ਰੇਲ ਸੰਪਰਕ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਕਦਮ ਚੁੱਕ ਰਹੀ ਹੈ ਇਸ ਸਾਲ ਦੇ ਪ੍ਰਾਇਲ ਤੋਂ ਨਵੰਬਰ ਤੱਕ ਕੋਲੇ ਦੀ ਕੁੱਲ ਸਪਲਾਈ 557.95 मिलियन टन रही जो पिछले साल इसी समय दौरान 519.26 मिलियन टन सी ਪੰਜਾਬ ਸਰਕਾਰ ਨੇ ਬਾਗਵਾਨੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪੈਂਦੇ ਸਾਰੇ ਹੀ ਬਲਾਕ ਅਧਿਕਾਰੀਆਂ ਦੇ ਸੰਪਰਕ ਨੰਬਰਾਂ ਦੀ ਸੂਚੀ ਪ੍ਰਕਾਸ਼ਿਤ ਕਰਨ ਤਾਂ ਜੋ ਜ਼ਰੂਰਤ ਪੈਣ ਤੇ ਕਿਸਾਨ ਆਪਣੀਆਂ ਸਮੱਸਿਆਵਾਂ ਸੰਬੰਧੀ ਉਹਨਾਂ ਨਾਲ ਸਲਾਹ مشورہ ਕਰ ਸਕਣ ਚੰਡੀਗੜ੍ਹ ਵਿੱਚ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬੇ ਦੇ ਬਾਗਵਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਫੋਜਾ ਸਿੰਘ ਸਰਾਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਰੇਸ਼ਮ ਦੀ ਖੇਤੀ ਬਾਰੇ ਲੋੜੀਂਦੀ ਤਕਨੀਕੀ ਜਾਣਕਾਰੀ ਅਤੇ ਸਹਿਯੋਗ ਦੇਣ ਤਾਂ ਜੋ ਕਿਸਾਨਾਂ ਨੂੰ ਰੇਸ਼ਮ ਦੇ ਕੀੜਿਆਂ ਦੇ ਉਤਪਾਦਨ ਤੇ ਪਾਲਣ ਪੋਸ਼ਣ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਿਸਾਨਾਂ ਨੂੰ ਬਾਗਬਾਨੀ ਅਪਣਾਉਣ ਲਈ ਉਤਸ਼ਾਹਤ ਕਰਨ ਵਾਸਤੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਵੀ ਹਦਾਇਤ ਕੀਤੀ ਸਰਾਰੀ ਨੇ ਇਸ ਮੌਕੇ ਸੂਬੇ ਵਿੱਚ ਚੱਲ ਰਹੇ ਬਾਗਬਾਨੀ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਰੇੜੀ ਫੜੀ ਵਾਲਿਆਂ ਨੂੰ ਇੱਕ ਵੱਖਰੀ ਮਾਰਕੀਟ ਦੇਣ ਦੀ ਯੋਜਨਾ ਬਣਾਈ ਹੈ ਸੂਬੇ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਇਸ ਯੋਜਨਾ ਨਾਲ ਰੇੜੀ ਫੜੀ ਵਾਲਿਆਂ ਨੂੰ ਨਾ ਸਿਰਫ ਆਪਣਾ ਕਾਰੋਬਾਰ ਕਰਨ ਲਈ ਇੱਕ ਟੁਕਵੀਂ ਥਾਂ ਮਿਲੇਗੀ ਬਲਕਿ ਗ੍ਰਾਹਕਾਂ ਨੂੰ ਵੀ ਇੱਕੋ ਥਾਂ ਤੇ ਖਰੀਦਦਾਰੀ ਕਰਨੀ ਸੁਖਾਲੀ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ ਰੇੜੀ ਫੜੀ ਵਾਲਿਆਂ ਦੀਆਂ ਅਜਹੀਆਂ ਮਾਰਕੀਟ ਦਾ ਵਿਕਾਸ ਕਰਨ ਲਈ ਮੁਹਾਲੀ ਨਗਰ ਨਿਗਮ ਨੂੰ ਗ੍ਰੇਟਰ ਮੋਹਾਲੀ ਵਿਕਾਸ ਅਥਾਰਟੀ ਗਮਾੜਾ ਵੱਲੋਂ ਚਾਰ ਥਾਮਾ ਸੌਂਪੀਆਂ ਗਈਆਂ ਨੇ ਜੋ ਮੋਹਾਲੀ ਦੇ 55 77 ਅਤੇ 78 ਸੈਕਟਰਾਂ ਵਿੱਚ ਸਥਿਤ ਹੈ। ਉਹਨਾਂ ਨੇ ਕਿਹਾ ਹੈ ਕਿ ਨਗਰ ਨਿਗਮ ਨੂੰ ਅਲਾਟ ਕੀਤੀਆਂ ਗਈਆਂ ਇਹਨਾਂ ਥਾਵਾਂ ਦੀ ਮਾਲਕੀ ਗਮਾੜਾ ਕੋਲ ਹੀ ਰਹੇਗੀ। ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅੰਸ਼ਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਨੇ लॉरेंस बिछनोई गैंग दे एक मेंबर नु वड्डी मात्रा विच हथियारां अते गोली सिक्के ਸਮੀਤ ਗ੍ਰਫਤਾਰ ਕੀਤਾ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਚੰਡੀਗੜ੍ਹ ਵਿਚੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਜੀਟੀਐਫ ਨੇ ਮੋਹਾਲੀ ਪੁਲਿਸ ਨਾਲ ਇਕ ਸੰਜੀਦੀ ਕਾਰਵਾਈ ਕਰਦਿਆਂ ਲॉरेंस बिछनोई गैंग दे ਮੈਂਬਰ ਬੰਟੀ ਨੂੰ ਡੁਕੋਲੀ ਤੋਂ ਗ੍ਰਫਤਾਰ ਕੀਤਾ ਜੋ ਉਸ ਪਾਸੋਂ 20 ਪਸਤੋਲਾ 11 ਮੈਗਜ਼ੀਨਾ ਅਤੇ 40 ਕਾਰਤੂਸ ਬਰਾਮਦ ਹੋਏ ਨੇ। ਉਹਨਾਂ ਦੱਸਿਆ ਕਿ ਬੰਟੀ ਹਰਿਆਣਾ ਦੇ ਪਿਵਾਨੀ ਜ਼ਿਲ੍ਹੇ ਦੇ ਤੇਲੀਵਾੜਾ ਕਸਬੇ ਰਨ ਵਾਲਾ ਹੈ ਅਤੇ ਮੁੜਲੀ ਪੁੱਛਕਿਚ ਦੌਰਾਨ ਉਸਨੇ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਵਿਦੇਸ਼ ਵਿੱਚ ਬੈਠੇ ਗੋਲਦੀ ਬਰਾਦ ਦੇ ਨਿਰਦੇਸ਼ ਤੇ ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਤੱਕ ਹਥਿਆਰ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਸੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੱਜ ਤੜਕੇ ਫਾਜ਼ਿਲਕਾ ਜ਼ਿਲ੍ਹੇ ਦੇ ਚੂੜੀਵਾਲਾ ਚੁਸਤੀਪਿੰਡ ਨੇੜੇ ਇੱਕ ਖੇਤ ਵਿੱਚੋਂ ਨਸ਼ੀਲੇ ਪਦਾਰਥ ਅਤੇ ਇੱਕ ਪਿਸਤੌਲ ਸਮੇਤ ਕੁਝ ਗੋਲੀ ਸਿੱਕਾ ਬਰਾਮਦ ਕੀਤਾ ਹੈ ਇਹ ਨਸ਼ੀਲੇ ਪਦਾਰਥ ਅਤੇ ਗੋਲੀ ਸਿੱਕਾ ਪਾਕਿਸਤਾਨ ਵਾਲੇ ਪਾਸੋਂ ਆਏ ਇੱਕ ਡਰੋਨ ਵੱਲੋਂ ਸੁੱਟਿਆ ਗਿਆ ਹੈ ਬੀਐਸਐਫ ਦੇ ਇਕ ਬੁਲਾਰਿਆਂ ਦੱਸਿਆ ਕਿ ਚੂੜੀਵਾਲਾ ਚੁਸਤੀਪਿੰਡ ਨੇੜੇ ਸਰਹੱਦ ਤੇ ਤਾਇਨਾਤ ਜਵਾਨਾਂ ਨੇ ਅੱਜ ਤੜਕੇ 5 ਵਜੇ ਪਾਕਿਸਤਾਨ ਵਾਲੇ ਪਾਸੋਂ ਇੱਕ ਡਰੋਨ ਨੂੰ ਭਾਰਤੀ ਖੇਤਰ ਵਿੱਚ ਵੱਧਦਿਆਂ ਦੇਖਿਆ ਅਤੇ ਉਸ ਉੱਪਰ ਫਾਇਰਿੰਗ ਕੀਤੀ ਇਸ ਦੌਰਾਨ ਜਵਾਨਾਂ ਨੇ ਖੇਤਾਂ ਨੇੜੇ ਤਿੰਨ ਚਾਰ ਸ਼ੱਕੀ ਕੁਮਦਿਆ ਦੇਖਿਆ ਤੇ ਜਦੋਂ ਜਵਾਨਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆ ਫਾਇਰਿੰਗ ਕੀਤੀ ਤਾਂ ਭੱਜਣ ਵਿੱਚ ਕਾਮਯਾਬ ਹੋ ਗਏ। ਬੁਲਾਰੇ ਨੇ ਦੱਸਿਆ ਕਿ ਇਲਾਕੇ ਦੀ ਤਲਾਸ਼ੀ ਦੌਰਾਨ 9 ਪੈਕੇਟ ਬ੍ਰਾਹਮਤ ਕੀਤੇ ਗਏ ਜਿਨ੍ਹਾਂ ਵਿੱਚ ਤਕਰੀਬਨ 7.5 ਕਿਲੋ ਹਿਰੋਇਨ ਸੀ। ਇਸ ਤੋਂ ਇਲਾਵਾ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ 9 ਐਮ ਐਮ ਦੇ 50 ਕਾਰਤੂਸ ਵੀ ਬ੍ਰਾਹਮਤ ਕੀਤੇ ਗਏ ਨੇ। ਕੱਦਰ ਵਿੱਚ ਚੱਲ ਰਹੇ FIFA ਫੁੱਟਬਾਲ ਵਿਸ਼ਵ ਕੱਪ ਦੇ ਅਕਾਲ ਖੇਡੇ ਗਏ ਇੱਕ ਮੈਚ ਵਿੱਚ ਸਵਿਟਜ਼ਰਲੈਂਡ ਨੇ ਸਰਬੀਆ ਨੂੰ 2 ਦੇ ਮੁਕਾਬਲੇ 3 ਗੋਲਾਂ ਨਾਲ ਹਰਾ ਕੇ ਵਿਸ਼ਵ ਕੱਪ ਦੀਆਂ ਆਖਰੀ 16 ਟੀਮਾਂ ਵਿੱਚ ਥਾਂ ਬਣਾ ਲਈ ਹੈ ਗਰੁੱਪ ਜੀ ਦੇ ਇੱਕ ਮੈਚ ਵਿੱਚ ਸਵਿਟਜ਼ਰਲੈਂਡ ਨੇ ਸਰਬੀਆ ਨੂੰ ਹਰਾਇਆ ਗਰੁੱਪ ਜੀ ਦੇ ਹੀ ਇੱਕ ਹੋਰ ਮੈਚ ਵਿੱਚ ਕੈਮਰੂਨ ਨੇ ਇੱਕ ਵੱਡਾ ਉਲਟ ਫੇਅਰ ਕਰਦਿਆ ਬ੍ਰਾਜ਼ੀਲ ਨੂੰ 1-0 ਨਾਲ ਹਰਾ ਦਿੱਤਾ ਬ੍ਰਾਜ਼ੀਲ ਦੀ ਟੀਮ ਇਸ ਗਰੁੱਪ ਦੀ ਆਖਰੀ 16 ਟੀਮਾਂ ਵਿੱਚ ਪਹਿਲਾਂ ਹੀ ਪਹੁੰਚ ਚੁੱਕੀ ਹੈ ਇਸ ਤੋਂ ਪਹਿਲਾਂ ਗਰੁੱਪ ਐਚ ਦੇ ਖੇਡੇ ਗਏ ਇੱਕ ਮੈਚ ਵਿੱਚ ਦੱਖਣੀ ਕੋਰੀਆ ਨੇ ਪੁਰਤਗਾਲ ਨੂੰ ਇੱਕ ਦੇ ਮੁਕਾਬਲੇ 2 ਗੋਲਾਂ ਨਾਲ ਹਰਾ ਕੇ ਇਸ ਗਰੁੱਪ ਦੀ ਆਖਰੀ 16 ਟੀਮਾਂ ਵਿੱਚ ਆਪਣੀ ਥਾਂ ਬਣਾ ਲਈ ਸੀ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU Nikki Jalandhar ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਦਿਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਦਿਵਾ ਗਿਆ ਨਮਸਕਾਰ